बिस्मिल्लाहिर्रहमानिर्रहीम, अस्सलामुअलैकुम। मैं तमाम भाइयों की आप चार उम्मीद करनी ठीक ठाक हो सो, और अल्लाह पाक का शुक्र है कि असं ठीक ठाक है। जितने रोज ने मुस्कुराते रहो, साढ़े माँ हमेशा तेरे नाल है। अल्लाह पाक खुश रखे बात करके साढ़े साहब बने भाइयों ने, और अल्लाह पाक जितने बीमार है उन्होंने शफा दे। जिन्हों को कारोबार नहीं है अल्लाह पाक उन्होंने कारोबार दे, और जिन्होंने को औलाद नहीं है अल्लाह पाक जी औलाद दे, और अल्लाह पाक साहब में ढेर सारिया खुशियां देवे। और सुबह सुबह का टाइम अल्लाह पाक में याद करके आए थे लोग का करने गया, और माशाल्लाह सुबह सुबह मैं बच्चे नाश्ता करवा लिया गया, क्योंकि अज इन्हें थोड़ी जी लेट भी उठे गए हैं, तो ना इन्हें सुबह सुबह एक मेहमान आ गया साढ़े को, फिर उन्होंने वास्ते भी नाश्ता बनाया, और बच्चे ने सारा हाल मुँह खिलाना पिया है, अरे बर्तन वगैरह हो मैं धोने गए। तो माशाल्लाह जिहड़ा ना तुहाडी मुलाकात जी मेहमान नाल भी कराने हैं, कि बड़ी दूरों आया सुबह सुबह सहीवाल तो, ते साडे रिश्ते मामा जी भी लगते हैं, तो उन्होंने बड़ी मुलाकात भी करने और उन्होंने प्यारियां बेगम साहब करा लिया, बच्चों भी असी भी कर लिया, तो मामा जी ने भी करवा दिता जी, तो माशाल्लाह जिहड़ा ना। हाँ जी बेगम साहब। हाँ जी जी, मैं सी ना नाश्ता वगैरह करके हो गए वेले, और माशाल्लाह टाइम भी काफ़ी हो गया है, तो मैं चलो दोपहर का टाइम हों पाया, तो चल मामे को कोई गल भी सुन लें, तो नाले फिर कुछ ना असी पापड़ लिया हो, असी तो बच्चों थोड़े जो भी तल के देने है ना, क्योंकि वो साढ़े गल पे हुए हैं कि सानू हमने बना के दो, तो बच्चों वो भी बना के दें है, ਉਹ ਜਿਹੜਾ ਆਵੇ ਪਿਛਾੜ ਜਾਵੇ ਕਿ ਉਹ ਨਾ ਕੋਈ ਲਵੇ ਕੋਈ ਨਾ ਲਵੇ, ਹੈਰਾਨ ਹੋ ਗਈ ਦੁਨੀਆ, ਅਤੇ ਥੋੜ੍ਹੇ ਘਰਾਂ ਨੇ ਲਿਆ, ਕੋਈ ਥੋੜ੍ਹਾ ਥੋੜ੍ਹਾ ਇਸਤੇਮਾਲ ਕੀਤਾ, ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕੀਤੀ ਕਿ ਹਾਂ ਇਹ ਘਿਓ ਕਾਹਦਾ ਆਏਗਾ, ਉਹ ਕਹਿਣ ਦੀ ਘਿਓ ਹੋਏਗਾ। ਅੱਛਾ, ਉਸ ਅਰਸੇ ਬਾਅਦ ਉਹਨਾਂ ਕਿੰਨਾ ਲਿਆ, ਕੋਈ ਤੈਨੂੰ ਦੇ ਕੋਈ ਮੈਨੂੰ ਦੇ, ਉਹ ਘਿਓ ਉਹਨਾਂ ਨੇ ਖਤਮ ਕੀਤਾ। ਚੀਚਾ ਵਤਨੀ ਦੇ ਵਿੱਚ ਇੱਕ ਮਿੱਲ ਸੀ, ਖੈਬਰ ਮਿੱਲ ਸ਼ਨਾਜ਼ ਦੀ, ਮਸ਼ਹੂਰ ਲਿਖਿਆ ਹੋਇਆ ਸਰੂ ਦੀ ਗਾਈ ਦਾ ਘਿਓ, ਉਹ ਲੋਕਾਂ ਨੇ ਲੈਣਾ ਸ਼ੁਰੂ ਕੀਤਾ, ਉਹ ਸ਼ਰਸਾ ਲੋਕਾਂ ਨੇ ਬੜਾ ਖਾਧਾ, ਉਸ ਤੋਂ ਬਾਅਦ ਉਹਨਾਂ ਨੇ ਬੰਦ ਕਰ ਦਿੱਤਾ, ਫਿਰ ਉਹ ਵੇਖਣ ਵੀ ਉਹ ਘਿਓ ਨੀ ਸਾਨੂੰ ਆ ਕੇ ਦਿੰਦੇ, ਫਿਰ ਉਹ ਘਿਓ ਦੁਕਾਨਾਂ ਤੇ ਸ਼ਹਿਰ ਆਇਆ, ਸ਼ਹਿਰ ਉਹ ਕੋਈ ਲਵੇ ਕੋਈ ਨਾ ਲਵੇ, ਫਿਰ ਉਹ ਲੋਕ ਖਾਣੇ ਸ਼ੁਰੂ ਕੀਤਾ, ਉਹ ਸਭ ਤੋਂ ਬੈਸਟ ਘਿਓ ਸੀ ਜਿਹੜਾ ਚੀਚਾ ਵਰਤੀ ਦਾ ਸੀ, ਹੁਣ ਉਹ ਘਿਓ ਨਹੀਂ ਲੱਭਦਾ, ਹੁਣ ਉਹ ਮਿੱਲ ਬੰਦ ਹੈ ਜੀ। ਉਸ ਤੋਂ ਬਾਅਦ ਅਸੀਂ ਵੀ ਵੇਖਦੇ ਰਹਿ ਗਏ ਵੀ ਘਿਓ ਕਿਵੇਂ ਦਾ, ਬਾਕੀ ਸਾਡੇ ਦੌਰ ਦੇ ਵਿੱਚ
ਕਣਕ ਵੀ ਸਸਤੀ ਆਈ। ਹਾਂਜੀ, ਉਹ ਕੀ ਕਿਤਨੇ ਪੈਸਿਆਂ ਦਾ ਕਿਲੋ ਜੀ ਉਸ ਵਕਤ ਦੇ ਦਿੰਦੇ ਆ ਜਦੋਂ ਪਹਿਲੇ ਫ੍ਰੀ ਦਿੰਦੇ ਆ ਫਿਰ ਪੈਸਿਆਂ ਨਾਲ ਦੇਣ ਲੱਗ ਗਏ? ਕਿਸ ਤਰ੍ਹਾਂ? ਫਿਰ ਉਹ 3 ਰੁਪਏ ਦਾ ਕਿਲੋ, 3 ਰੁਪਏ ਦਾ ਕਿਲੋ, 3 ਰੁਪਏ ਦਾ ਕਿਲੋ ਦਿੰਦੇ ਆ। ਹਾਂਜੀ, ਉਹ ਦਿੰਦੇ ਆਣ ਕੋਈ 6-7 ਰੁਪਏ ਦਾ, ਅੱਧਾ ਆਪਣਾ 2.5 ਕਿਲੋ ਦਾ ਡੱਬਾ। ਅੱਛਾ, 2.5 ਕਿਲੋ ਡੱਬਾ। ਤੇ ਉਹ ਲੋਕ ਖਾਵੇਣ ਪੀਵੇਣ, ਤੇ ਕੁਛ ਹੁਣ ਉਹ ਲੱਭਦਾ ਹੀ ਨਹੀਂ ਹੈਗਾ। ਹੁਣ ਹੋਰ ਦੌਰ ਆ ਗਿਆ, ਕਣਕ ਸਾਡੇ ਦੌਰ ਸਸਤੀ ਹੁੰਦੀ ਆਈ, ਗੰਦਾ ਅੰਬ। ਹਾਂ, ਅਸਤੇ ਕਣਕ ਹੀ ਸੱਦੇ ਸੀ, ਕਣਕ ਹੀ ਸੱਦੇ ਸੀ ਪੰਜਾਬੀ ਦੇ ਵਿੱਚ, ਅਸੀਂ ਕਣਕ ਹੀ ਸੱਦੇ ਸੀ। ਹਾਂਜੀ, ਦਾਣੇ ਥੋੜੇ ਨਿਕਲਦੇ ਹੁੰਦੇ ਆ, ਕਣਕ ਉੱਚੀ ਹੁੰਦੀ ਆ। ਤੇ ਇਸ ਤਰ੍ਹਾਂ ਦੇ ਅਸੀਂ ਫਿਰ ਦੜੇ ਵਸਾਉਣੇ ਵਿੱਚੋਂ ਕਣਕ ਗਾਉਣੀ ਡੱਗਿਆਂ ਨਾਲ ਗਾਹ ਕੇ ਤੋਂ ਫਿਰ ਉਡਾ ਕੇ ਫਿਰ ਵਿੱਚੋਂ ਕਣਕ, ਉਹ ਕਣਕ ਸਸਤੀ ਸੀ। ਹਾਂਜੀ, ਸਾਡੇ ਦੌਰ ਦੇ ਵਿੱਚ ਉਹ 8 ਰੁਪਈਏ ਮਣ ਵੀ ਆਈ, 8 ਰੁਪਏ ਮਣ, 8 ਰੁਪਈਏ ਤੋਂ ਚਲਦੀ ਚਲਦੀ 60 ਰੁਪਈਏ 4 ਸਾਲ ਅੜੀ ਰਹੀ। 4 ਸਾਲ ਤੋਂ ਬਾਅਦ ਫਿਰ ਵਧਣੀ ਸ਼ੁਰੂ ਹੋ ਗਈ। ਹਾਂਜੀ, ਸਾਨੂੰ ਆਪਣੇ ਦੌਰ ਦਾ ਇਤਨਾ ਕੁ ਪਤਾ ਹੈ ਜੀ ਵੀ ਇਹ ਚੀਜ਼ਾਂ ਚੰਗੀਆਂ ਹਨ, ਇਹ ਮਾੜੀਆਂ ਹਨ। ਹਾਂਜੀ, ਬਾਕੀ ਸਾਡਾ ਦੌਰ ਹਾਂ ਚੰਗਾ ਜੀ, ਹੁਣ ਦਾ ਦੌਰ ਸਾਡੀ ਸਮਝ ਵਿੱਚ ਨਹੀਂ। ਹਾਂਜੀ, ਖਾਣਾ ਪੀਣਾ ਸਾਡਾ ਚੰਗਾ ਹੁੰਦਾ ਜੀ, ਦੇਸੀ ਜੋ ਹੋਣਾ, ਤੇ ਅਸੀਂ ਜੇ ਉਹ ਤਲ ਵੀ ਲੈਂਦੇ ਅਸੀਂ ਨਾ, ਦੇਸੀ ਜੋ ਨਾਲ ਲੱਸੀ ਨਾਲ ਰੋਟੀ ਖਾਣੀ, ਕੋਈ ਚਾਹ ਪੀ ਲੈਣੀ। ਹਾਂ, ਉਹ ਮਾਈਆਂ ਵੀ ਚੰਗੀਆਂ ਹੁੰਦੀਆਂ ਜਿਹੜੀਆਂ ਸਾਨੂੰ ਖਵਾਈਆਂ ਹਨ, ਫਿਰ ਜੀ ਉਹ ਕੋਈ ਚੰਗੇ ਲੋਕ ਆਣ, ਬਹੁਤ ਜ਼ਿਆਦਾ ਅੱਛੇ ਲੋਕ ਆਣ, ਜਿਸ ਤਰ੍ਹਾਂ ਦੀ ਉਹਨਾਂ ਨੂੰ ਆ ਕੇ ਹੋਵੇ ਉਹ ਚੰਗੇ ਹਨ, ਉਹਨਾਂ ਦੇ ਇਮਾਨ ਵੀ ਚੰਗੇ ਹਨ। ਹੁਣ ਤਾਂ ਜੀ ਕੁਛ ਵੀ ਨਹੀਂ, ਮੈਂ ਇੱਕ ਵਾਰੀ ਗਿਆ ਸ਼ਰਫਪੁਰ ਸ਼ਰੀਫ, ਅਸੀਂ ਜਾਂਦੇ ਪਏ ਤੇ ਬੇੜੀ ਵਾਲਾ ਜਿਹੜਾ ਹੈ ਨਾ ਉਹ ਜਾਵਣ ਲੱਗਾ, ਮੈਂ ਉਹਨੂੰ ਆਖਿਆ ਯਾਰ ਇੱਕ ਮਿੰਟ ਸਬਰ ਕਰ, ਜਾਂਦਾ ਕੀ ਹੋਇਆ? ਮੈਂ ਕਿਹਾ ਉਹ ਬੰਦਾ ਹੁੰਦਾ ਪਿਆ ਉਹਦੇ ਸਿਰ 'ਤੇ ਪਤਾ ਨਹੀਂ ਪੀਪਾ ਗਿਓ ਦਾ ਹੈ ਕਿ ਕੀ ਹੈ, ਹਾਂ ਉਹ ਮੈਂ ਤੁਹਾਨੂੰ ਆ ਲੈਣ ਦਿਓ। ਆਉਂਦਾ ਨਹੀਂ ਤੂੰ ਯਾਰ ਤੂੰ ਬਹਿ ਤੇ ਮੈਂ ਬੇੜੀ 'ਤੇ ਅਗਲਾ ਪੂਰ ਲੈ ਕੇ ਆਉਂਦਾ। ਮੈਂ ਆਖਿਆ ਨਹੀਂ ਯਾਰ, ਉਹ ਖਲੋ ਗਿਆ। ਉਹ ਬੰਦਾ ਜਦੋਂ ਆਇਆ ਉਹ ਮੈਂ ਉਹਦੇ ਕੋਲ ਟੀਂਡ ਪੱਦਿਆ, ਮੈਂ ਬੇੜੀ ਦੇ ਵਿੱਚ ਰੱਖਿਆ। ਹਾਂਜੀ, ਆਪਦੇ ਸਿਰ ਤੋਂ ਲਾ ਕੇ ਦਰਿਆ ਦੀ ਬੇੜੀ, ਦਰਿਆ ਦੀ ਬੇੜੀ ਦੇ ਵਿੱਚ ਰੱਖ ਦੇ। ਅਸਾਂ ਚੁੰਘਾਂ ਨੂੰ ਟੱਪਣਾ ਹੋਵੇ, ਜਦੋਂ ਦਰਿਆ ਦੀ ਪਾਰ ਟੱਪ ਗਿਆ ਨਾ, ਉਸ ਤੋਂ ਬਾਅਦ ਉਹ ਜੋ ਮੈਂ ਚੱਕਿਆ ਆਪਣੇ ਸਿਰ 'ਤੇ ਰੱਖ ਲਿਆ। ਕੋਈ 2 ਮਰਬੇ ਮੈਂ ਕੀਤਾ ਸਫ਼ਰ, ਕੋਈ 2 ਮਰਬੇ ਉਸ ਕੀਤਾ, ਅਤੇ ਅਸੀਂ ਸਫ਼ਰ ਕਰਕੇ 8 ਮੀਲ ਕਿ 10 ਮੀਲ ਅਸੀਂ ਸਫ਼ਰ ਕੀਤਾ ਸਿਰ 'ਤੇ ਚਾਰ। 8 ਮੀਲ ਜਾਂ 10 ਮੀਲ ਸਫ਼ਰ ਅਸੀਂ ਸਿਰ 'ਤੇ ਚਾਹ ਕੇ ਇੱਕ ਦੂਜੇ ਨਾਲ, ਕਦੀ ਮੈਂ ਚੱਕ ਲਵਾਂ ਕਿ ਉਹ ਤਾਂ ਹੁੰਦਾ ਸੀ, ਵਾਕਿਫ਼ ਨਹੀਂ ਸੀ, ਵਾਕਿਫ਼ ਨਹੀਂ ਆ। ਹਾਂਜੀ, ਹਾਂ ਅਸੀਂ ਅਹਿਸਾਸ ਇਤਨਾ ਵੰਡਦੇ ਹਾਂ, ਅਸੀਂ ਇਨਸਾਨੀਅਤ ਹੁੰਦੀ ਹੈ ਸਾਡੇ ਵਿੱਚ ਜੀ, ਅਹਿਸਾਸ ਬੜਾ ਕਰਨਾ। ਕੋਈ ਬੰਦਾ ਡਿੱਗ ਪਾਉਣਾ ਉਹਨੂੰ ਚਾਹ ਕੇ ਲੈ ਜਾਣਾ, ਅਤੇ ਹੁਣ ਦਾ ਤਾਂ ਬੰਦੇ ਗੱਡ ਚੇਂਦੇ। ਹਾਂਜੀ, ਹੁਣ ਤਾਂ ਅਸੀਂ ਆਪ ਹੀ ਵਹਿੰਦੇ ਰਹਿੰਦੇ, ਉਹ ਲੋਕ ਨਹੀਂ। ਆਪ ਡਿੱਗ ਪਾਉਂਦੇ ਤਾਂ ਆਪਦੇ ਬੱਚੇ ਨਹੀਂ ਉਠਾਉਂਦੇ, ਨਹੀਂ ਚੇਂਦੇ, ਸਾਡੇ ਆਪਣੇ ਬੱਚੇ ਵੀ ਨਹੀਂ ਸਾਨੂੰ ਚੇਂਦੇ। ਹਾਂਜੀ, ਅਤੇ ਉਹ ਸਾਡਾ ਤਾਂ ਦੌਰ ਹਾਏ ਮੁਹੱਬਤਾਂ ਵਾਲਾ ਅਤੇ ਪਿਆਰਾਂ ਵਾਲਾ, ਹੁਣ ਦੇ ਤਾਂ ਪਤਾ ਨਹੀਂ ਕਿਸ ਕਿਸਮ ਦੇ ਲੋਕ ਆਏ ਜੀ, ਸਮਝ ਘੱਟ ਹੁੰਦੀ। ਮਾਸ਼ਾ ਅੱਲਾ, ਬੜਾ ਅੱਛਾ ਦੌਰ ਆ ਜੀ, ਸਾਡਾ ਦੌਰ ਬੜਾ ਚੰਗਾ ਹਾਏ। ਅੱਲਾ ਪਾਕ ਉਹ ਜੇ ਦੌਰ ਮੁੜ ਲਿਆਵੇ ਤਾਂ ਸਾਨੂੰ ਖੁਸ਼ੀਆਂ ਹੋਣ, ਬਾਕੀ ਸਾਨੂੰ ਉਮੀਦ। ਹੁਣ ਤਾਂ ਮਾਮਾ ਜੀ ਅਸੀਂ ਸਹੂਲਤਾਂ ਬਣੀਆਂ ਵੇਖ ਸਕਦੇ ਹੋ ਸਾਨੂੰ ਵੀ ਸਾਡਾ ਕਿਸ ਤਰ੍ਹਾਂ ਦਾ ਨਿਜ਼ਾਮ ਚੱਲ ਰਿਹਾ, ਕਿ ਅਸੀਂ ਹਰ ਦੁਨੀਆ ਦੀ ਹਰ ਸਹੂਲਤ, ਹੁਣ ਮੇਰਾ ਗਾਰੀ ਵੇਖ ਲਓ ਕਿ ਮੈਂ ਦੜੇ, ਤੁਸੀਂ ਮੈਨੂੰ ਬਚਪਨ ਵੇਖਦੇ ਪਿਆ ਕਿ ਮੇਰਾ ਕੀ ਹਾਲਾਤ ਆ, ਜਾਂ ਮੇਰੇ ਵਾਲਦ ਸਾਹਿਬ ਦਾ ਕੀ ਰੂਟੀਨ ਆਏ,
ਤੇ ਹੁਣ ਤਾਂ ਅੱਲਾਹ ਤਾਲਾ ਦੀਆਂ ਐਸੀਆਂ ਨਿਮਤਾਂ ਅੱਲਾਹ ਪਾਕ ਨੇ ਦਿੱਤੀਆਂ ਨੇ, ਵੇਖ ਲਓ ਸਾਰੀਆਂ ਹੁਣ ਵੀ ਦੁਨੀਆਂ ਨਾ ਸ਼ੁਕਰੀ ਵੀ ਵਿੱਚ ਹੈ ਜੀ। ਨਹੀਂ ਨਹੀਂ ਸ਼ੁਕਰ ਅੱਲਾਹ ਤਾਲਾ ਦਾ, ਅੱਲਾਹ ਦਾ ਸ਼ੁਕਰ। ਇਸ ਤਰ੍ਹਾਂ ਦੀ ਔਲਾਦ ਵਾਸਤੇ ਇਨਸਾਨ ਕੀ ਕੁਛ ਮਿਹਨਤਾਂ ਕਰਕੇ ਲਿਆਂਦਾ ਹੈ ਨਾ ਜੀ, ਉਹ ਆਂਦੇ ਨੇ ਹਾਲੇ ਸਾਡੇ ਮਾਂ ਬਾਪ ਨੇ ਕੁਛ ਨਹੀਂ ਕੀਤਾ। ਮੈਂ ਆਪਣੇ ਦੌਰ ਦੇ ਵਿੱਚ ਮੈਂ 8000 ਤੋਂ ਮਰਲਾ ਲਿਆ ਜ਼ਮੀਨ ਸ਼ਹਿਰ ਦੇ ਵਿੱਚ, ਸ਼ਹਿਰ ਦੇ ਵਿੱਚ, ਸ਼ਹਿਰ ਦੇ ਵਿੱਚ ਜੀ। ਤੇ ਉਹ ਹੁਣ ਮੈਨੂੰ ਆਂਦੇ ਨੇ ਤੂੰ 2 ਮਰਲੇ ਹੋਰ ਲੈ ਲੈਣੇ ਸੀ, ਲੈ ਲੈਣੇ ਸੀ, ਮੇਰੇ ਕੋਲ ਤਾਂ ਪੈਸੇ ਕੋਈ ਨਹੀਂ ਆਣ। ਹਾਂਜੀ, ਉਸ ਬੰਦੇ ਨੂੰ ਮੈਂ ਪੈਸੇ ਦੇ ਛੱਡੇ, ਸਾਲ ਤੋਂ ਬਾਅਦ ਉਹ ਬੰਦਾ ਮੇਰੇ ਕੋਲ ਗਿਆ। ਉਹ ਮੈਨੂੰ ਆਂਦਾ ਅੱਲਾ ਦੇ ਬੰਦਿਆ, ਤੂੰ ਜ਼ਮੀਨ ਦੇ ਮੈਨੂੰ ਪੈਸੇ ਦੇ ਦਿੱਤੇ, ਤੂੰ ਲਿਖ ਪੜ ਨਹੀਂ ਕੀਤੀ, ਤੇ ਉਹ ਜ਼ਮੀਨ ਮੈਂ ਮਰ ਗਿਆ, ਮੇਰੇ ਬੱਚਿਆਂ ਨੇ ਤੈਨੂੰ ਕੋਈ ਨਹੀਂ ਦੇਣੀ। ਮੈਂ ਕਿਹਾ ਮੇਰੇ ਕੋਲ ਤਾਂ ਹਾਜੀ ਸਾਹਿਬ ਪੈਸੇ ਕੋਈ ਨਹੀਂ ਹੈ। ਉਸ ਆ ਕੇ ਯਾਰ ਗੱਲ ਇਹ ਜੇ ਵੀ ਤੂੰ ਪਰਸੋਂ ਆਵੀ ਕਚਹਿਰੀਏ, ਉੱਥੇ ਆ ਕੇ ਨਾ ਮੈਂ ਤੇਰੇ ਨਾਂ ਕਰੀ, ਮੇਰੇ ਕੋਲ ਪੈਸੇ ਨਹੀਂ ਆਣ। ਉਸ ਬੰਦੇ ਨੇ ਪਟਵਾਰੀ ਨਾਲ ਮੁਕਾਇਆ, ਉਹ ਪਟਵਾਰੀ ਮੰਗੇ 2500 ਰੁਪਈਆ, 2500, ਤੇ ਉਸ ਆ ਕੇ ਮੈਂ 1800 ਦੇਣਾ। ਮੈਨੂੰ ਪੁੱਤਰ ਕਦੋਂ ਮੈਨੂੰ ਪੈਸੇ ਦੇ ਸੇ? ਮੈਂ ਆਖਿਆ ਬਾਬਾ ਮੈਂ ਤੇਰੇ 1-2 ਮਹੀਨਾ ਦੇ ਸਾ। ਮੈਨੂੰ ਇੱਕ ਪੈਸੇ ਬਣ ਗਏ, ਮੈਂ ਗਿਆ ਉਹਨਾਂ ਦੇ ਘਰ, ਗਿਆ ਇੱਕ ਦੁਪੱਟਾ ਲੈ ਲਿਆ, ਇੱਕ ਡੱਬਾ ਮਿਠਾਈ ਦਾ ਲੈ ਲਿਆ। ਉਹਦੇ ਕੋਲ ਬੱਚੀਆਂ ਹੀ ਆਣ 4, ਬੇਟਾ ਕੋਈ ਨਹੀਂ ਆ। ਮੈਂ ਉਹਨਾਂ ਦੇ ਘਰ ਹੀ ਪਹਿਲੀ ਦਫ਼ਾ ਜਿਹਾ ਵੇਖਿਆ, ਪੈਸੇ ਦੇ ਕੇ ਆ ਗਏ ਉਸ, ਅਤੇ ਉਸ ਤੋਂ ਬਾਅਦ ਉਹ ਜਦੋਂ ਮੈਂ ਉਹਨਾਂ ਦੇ ਘਰ ਗਿਆ, ਦੁਪੱਟਾ ਵੀ ਲੈ ਕੇ ਅਤੇ ਮਿਠਾਈ ਦਾ ਡੱਬਾ ਵੀ, ਤੇ ਉਹਦੀ ਬੱਚੀ ਨੂੰ ਮੈਂ ਦਿੱਤਾ, ਤੇ ਉਹ ਹੈਰਾਨ ਹੋ ਗਈ ਬੱਚੀ, ਬਈ ਇਹ ਬਾਬਾ ਕੌਣ ਆਇਆ, ਸਾਨੂੰ ਮਿਠਾਈ ਦਿੰਦਾ, ਸਾਨੂੰ ਦੁਪੱਟਾ ਮੇਰੇ ਸਿਰ 'ਤੇ ਕਰਾਇਆ ਸੀ। ਅਤੇ ਉਸ ਆਖਿਆ ਮੈਂ ਕਿਹਾ ਹਾਜੀ ਸਾਹਿਬ ਕਿੱਥੇ ਗਏ? ਉਹਨਾਂ ਕਿਹਾ ਜੀ ਉਹ ਬੱਕਰੀ ਵਾਸਤੇ ਪੱਠੇ ਲੈਣ ਗਏ। ਉਹ ਉਸ ਆਖਿਆ ਮੈਂ ਉਤਨੇ ਚਿਰ ਤੇ ਤੈਨੂੰ ਚਾਚਾ ਜਾਵਾਂ ਨਹੀਂ ਦਿੱਤੀ ਜਦ ਤੱਕ ਮੇਰਾ ਵਾਲਿਦ ਨਹੀਂ ਆਉਂਦਾ। ਕਿੱਡੇ ਕੋ ਲੋਕ ਚੰਗੇ, ਹਾਂਜੀ ਮਾਸ਼ਾ ਅੱਲਾਹ। ਮੈਂ ਨਾ ਬਈ ਕਿਹੜੀ ਗੱਲ ਕਰਾਂ, ਉਹ ਹੀ ਚੰਗੀ ਹੈ, ਬੰਦਾ ਵੀ ਚੰਗਾ ਸੀ, ਸ਼ਰੀਫ ਬੰਦਾ। ਜਦੋਂ ਮੈਂ ਉਹ ਆਇਆ, ਉਸ ਆਖਿਆ ਤੂੰ ਮੇਰੇ ਤੋਂ ਵੱਧ ਕੇ ਇਹਸਾਨ ਕਰ ਦਿੱਤਾ, ਤੂੰ ਮੇਰੀ ਧੀ ਦੇ ਸਿਰ 'ਤੇ ਦੁਪੱਟਾ ਕਰਾਇਆ, ਤੂੰ ਡੱਬਾ ਮਿਠਾਈ ਦਾ ਲਿਆਂਦਾ ਹੈ, ਤੂੰ ਮੇਰੇ ਪੈਸੇ ਦਿੱਤੇ ਜਾਂਦਾ ਹੈ, ਤੇਰੇ ਵਾਸਤੇ ਹਲਾਲ ਹੋ ਗਏ। ਇਤਨੇ ਉਹ ਲੋਕ ਚੰਗਿਆ, 2 ਸਾਲ ਮੈਂ ਪੈਸੇ ਦਿੱਤੀ ਬੰਦਿਆਂ, ਨਾ ਮੈਂ ਪੁੱਛਿਆ ਨਾ ਉਹ ਮੈਨੂੰ ਆਖੀ। ਹਾਂ, ਹੁਣ ਉਹ ਬੰਦਾ ਵੀ ਬਹੁਤ ਹੋ ਗਿਆ ਹੈ, ਅਤੇ ਅਸੀਂ ਗਏ ਅਸੀਂ ਫਿਰ ਉਹਦੇ ਕਲਾਮ ਦੇ ਪੁੱਛੀ, ਮੈਂ ਗਵਾਹ ਬੰਦੇ ਉਹਦੇ ਕੋਲ ਬੇਟੀਆਂ, ਉਹਨੇ ਸਾਨੂੰ ਪਤੋ ਦੇਣੀ ਜਾਣ ਬੇਟੀਆਂ ਨੇ, ਉਹਨਾਂ ਕਹਿਣਾ ਸਾਡੇ ਵਾਲਿਦ ਨੇ ਦਿੱਤੇ ਅੰਦਰ ਪੈਸੇ, ਸਾਨੂੰ ਕਿਹੜੇ ਦਿੱਤੇ। ਇਸ ਤਰ੍ਹਾਂ ਦੇ ਲੋਕ ਚੰਗੇ ਹੁੰਦੇ ਹਨ, ਮਾਸ਼ਾ ਅੱਲਾਹ। ਉਹ ਲੋਕ ਹਾਂ ਨਹੀਂ ਬਹੁਤ ਇਸ ਵਕਤ ਤੁਹਾਡੇ ਨਾਲ ਮੌਜੂਦ ਹਨ? ਇੱਕ ਹੈ ਸਾਡਾ ਹੁਣ ਇੱਕ ਭਾਈ ਰਹਿ ਗਿਆ। ਹਾਂਜੀ, ਇਸ ਤਰ੍ਹਾਂ ਦੀ ਕੋਈ ਸ਼ਾਇਦ ਲੱਭਦੇ ਨਹੀਂ, ਭੁੱਖ ਹੁੰਦੀ ਹੈ, ਪਾਪੜ ਦਾ ਹੋ ਗਿਆ ਤਿਆਰ, ਅਸੀਂ ਇਹਨਾਂ ਨਾਲ ਗੱਲ ਵੀ ਸੁਣਨੀ ਹੈਗੀ ਮਾਮੇ ਦੀ, ਅਤੇ ਨਾਲ ਅਸੀਂ ਨਾ ਪਾਪੜ ਵੀ ਖਾਣੇ ਹੈਗੇ ਇਸ ਵਾਸਤੇ ਨਾ, ਮੈਂ ਚਲੋ ਪਾਪੜ ਬਣਾ ਲਏ, ਔਰ ਕੁਛ ਬਣਾਏ ਵੀ ਹੈਗੇ ਹਨ, ਆਹ ਦੇਖ ਲਓ, ਅਤੇ ਕੁਛ ਆਪਣ ਬਣ ਜਾਂਦੇ ਹੈਗੇ ਨਾ, ਬਸ ਮੈਨੂੰ ਲੱਗਦਾ ਹੈਗਾ ਇਹਨਾਂ ਤੋਂ ਕੋਈ ਹੈ ਨਹੀਂ। ਉਹ 3-4 ਲੈਂਦੇ ਅਤੇ ਮੇਰੀ ਵਾਲਦਾ ਹੈਰਾਨ ਪਰੇਸ਼ਾਨ ਹੋ ਗਈ, ਇਹ ਕੀ ਚੀਜ਼ ਹੈ?
ਕਿਉਂਕਿ ਸਾਡੇ ਦੌਰ ਵਿੱਚ ਨਾ ਆਲੂ ਆਣ ਅਤੇ ਨਾ ਹੀ ਕੋਈ ਗੋਭੀ ਆਈ ਅਤੇ ਕਿਸੇ ਨੇ ਪਿਆਜ਼ ਅਤੇ ਮਰਚ ਉਹ ਟਮਾਟਰ ਵੀ ਖਾਏ ਅਤੇ ਸਾਨੂੰ ਪਤਾ ਨਾ ਲੱਗੇ। ਉਹ ਇੱਕ ਪੜ੍ਹਿਆ ਬੰਦਾ ਸਾਡੇ ਗਾਓਂ ਦੇ ਵਿੱਚ ਆਈ ਅਤੇ ਪਿੰਡ ਸਾਡੇ ਪਿੰਡ ਦੇ ਵਿੱਚ ਉਹ ਪੜ੍ਹਿਆ ਬੰਦੇ ਨੂੰ ਲਿਆਂਦਾ, ਉਹਨੇ ਸਾਨੂੰ ਦੱਸਿਆ ਵੀ ਇਹ ਸਾਲਣ ਦੇ ਵਿੱਚ ਪਾਉਂਦੇ ਨੇ, ਇਹ ਲਾਲ ਸੁਰਖ ਹੁੰਦੇ ਨੇ, ਤੂੰ ਕੱਚੇ ਲੈਂਦੇ ਨੇ ਕਿੰਨੇ। ਹਾਂ ਦੋ ਤਿੰਨ ਬੂਟੇ ਉਹਨਾਂ ਨੇ ਕੱਢੇ ਸੀ, ਮੈਂ ਕੱਚੇ 'ਚ ਲੈ ਕੇ ਆਇਆ, ਛੋਟਾ ਜਾਂਦਾ ਸੀ ਮੈਂ ਲੈਂਦੇ ਵੀ ਪਾ ਕੇ ਲੈਂਦੇ। ਹਾਂ ਮੇਰੇ ਵਾਲਦਾ ਆ ਕੇ ਪਤਾ ਨਹੀਂ ਕੁੱਕੀ ਲੈ ਕੇ ਆਇਆ, ਉਹ ਕੱਪੜੇ ਕਿੱਡੇ ਕੋਈ ਨਹੀਂ ਹੁੰਦੇ। ਨਾ ਨਹੀਂ ਕੱਪੜੇ ਹੀ ਕੋਈ ਨਹੀਂ ਆ, ਕੱਛਾ ਦਾ ਹੁੰਦਾ ਹੈ ਕਹਿੰਦੇ ਉਹਨਾਂ ਨੂੰ ਤਾਂ ਜਾਂਦਾ ਨੌਂ ਦੇ ਵਿੱਚ। ਅਤੇ ਮੇਰੀ ਵਾਲਦਾ ਨੇ ਆ ਕੇ ਪਤਾ ਨਹੀਂ ਕੀ ਹੈ ਕੀ ਨਹੀਂ, ਉਹ ਫਿਰ ਦੂਸਰੇ ਦਿਨ ਅਸੀਂ ਬੰਦਾ ਮੰਗਾਇਆ ਜਾਂ ਕਿਸੇ ਤੁਸੀਂ ਪੜ੍ਹੇ ਆ, ਉਹ ਦੱਸਿਆ ਉਸ ਕਿ ਇਹ ਸਾਲਣ ਦੇ ਵਿੱਚ ਪਾਉਂਦਾ, ਇਹਨੂੰ ਸਬਜ਼ੀ ਟਮਾਟਰ ਸਾਨੂੰ ਨਹੀਂ ਪਤਾ ਹੈ। ਉਸ ਵਾਸਤੇ ਕਿਹੜੀਆਂ ਸਬਜ਼ੀਆਂ ਹਨ? ਸਬਜ਼ੀ ਸਾਡੇ ਕੋਲ ਮਤਲਬ ਕੁਝ ਦਾਲ ਹੁੰਦੀ ਹੈ ਛੋਲਿਆਂ ਦੀ, ਮੂੰਗੀ ਦੀ, ਮਾਂਹ ਦੀ, ਤਰਾਏ ਦਾਲਾਂ ਹੁੰਦੀਆਂ, ਤਰਾਏ ਦਾਲਾਂ ਹੁੰਦੀਆਂ, ਬੱਸਣ ਹੁੰਦੀਆਂ, ਪਿਆਜ਼ ਪਿਆਜ਼ ਅਤੇ ਜਾਂ ਮਿਰਚਾਂ ਹੁੰਦੀਆਂ ਜਾਂ ਲਸਣ ਹੁੰਦਾ, ਥੋੜ੍ਹਾ ਹੁੰਦਾ, ਲੋਕ ਥੋੜ੍ਹੇ ਥੋੜ੍ਹੇ ਕੱਢਦੇ ਆ ਜਾਣਾ ਕਰ ਦਿੰਦੇ, ਹੋਰ ਸਬਜ਼ੀ ਕੋਈ ਨਹੀਂ ਹੁੰਦੀ। ਫਿਰ ਤਰਾਏ ਸਬਜ਼ੀ ਦੀਆਂ ਬੱਸਣ, ਪਿਆਜ਼, ਲਸਣ, ਲਸਣ ਅਤੇ ਮਿਰਚ, ਬਸ ਤਿੰਨ ਚੀਜ਼ਾਂ। ਮੇਰੀ ਮਾਂ ਨੇ ਦਾਲ ਪਕਾਉਣੀ ਅਤੇ ਇਤਨਾ ਕੁ ਮੱਖਣ ਪਾ ਛੱਡਣਾ, ਹਾਂ ਅਤੇ ਥੋੜ੍ਹਾ ਜਿਹਾ ਵਿੱਚ ਬਸਣ ਪਾ ਕੇ ਗੰਢ ਗੰਢਾ ਕੱਢ ਕੇ ਉਹ ਵਿੱਚੇ ਦਾਲ ਨੇ ਪਾ ਦੇਣੀ, ਉਹਨੇ ਪਾਣੀ ਪਾ ਕੇ ਪਕਾਉਣੀ, ਉਹ ਕੋਈ ਚੰਗੀ ਬਣਨੀ ਯਾਰ, ਹੋਰ ਕੋਈ ਸ਼ਾਇਦ ਨਹੀਂ। ਹਲਦੀ ਵੀ ਕੋਈ ਨਹੀਂ, ਅਦਰਕ ਵੀ ਨਹੀਂ ਹੁੰਦੀ ਹੈ, ਅਦਰਕ ਨਹੀਂ ਹੁੰਦੀ ਹੈ ਨਾ ਕੋਈ ਐਡਾ ਸਾਲਣ ਪਕਣਾ ਚੰਗਾ ਦਿਲ ਕਰਨਾ ਚਾਹੀਦਾ, ਬਸ ਉਹਨਾਂ ਤਿੰਨਾਂ ਚੀਜ਼ਾਂ ਨਾਲ ਪਿਆਜ਼ ਨਾਲ, ਹਾਂ ਹੋਰ ਕੋਈ ਸ਼ਾਇਦ ਸਾਡੇ ਕੋਲ ਹੋਰ ਕੋਈ ਚੀਜ਼ ਨਹੀਂ। ਨਹੀਂ ਮੱਖਣ ਪਾ ਫਿਰ ਮੱਖਣ ਪਾ ਕੇ ਉਹਨਾਂ ਤੜਕਾ ਸਭ ਭੈਣਾਂ ਬਾਈ ਨੂੰ ਅਸੀਂ ਗੱਲਾਂ ਸੁਣਾਉਂਦੇ ਪਏ ਕਿਉਂਕਿ ਸਾਨੂੰ ਆਪ ਨੂੰ ਖੁਦ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ। ਅਸੀਂ ਜੀ ਨਾਲ ਪਾਪੜ ਵੀ ਬਣਾਏ ਹੈਗੇ ਨਾ, ਔਰ ਮੈਨੂੰ ਪਤਾ ਕੋਈ ਨਹੀਂ ਸੀ ਮਸਾਲ ਲਏ ਹੈਗੇ ਨੇ ਪਾਪੜ ਜ਼ਿਆਦਾ, ਕਿਉਂਕਿ ਮੈਨੂੰ ਪਤਾ ਨਹੀਂ ਸੀ ਵੀ ਇਹਨੂੰ ਫੋਰਨ ਵਿੱਚ ਪਾ ਕੇ ਨਾ ਘਾੜ ਲਈਦਾ ਹੈਗਾ। ਮੈਂ ਇਹਨਾਂ ਨੂੰ ਆਣ ਹਲਾਇਆ ਸੜ ਗਏ, ਮਾਮਾ ਮੈਨੂੰ ਲੜਿਆ ਵੀ ਇਹ ਸਿਰਫ ਅਸੀਂ ਸੁੱਟੀ ਦੇ ਸੁੱਟ ਜੀ ਘਾੜ ਲਈਦੇ ਵਿੱਚੋਂ। ਖਾਸ ਵਾਸਤੇ ਨਾ ਮਜ਼ਾ ਬੜਾ ਆਉਂਦਾ ਪਿਆ ਨੇ ਅੱਜ ਗੱਲ ਸੁਣਨ ਦਾ, ਗੱਲਾਂ ਬਹੁਤ ਅੱਛੀਆਂ ਹੈਗੀਆਂ ਕਿਉਂਕਿ ਇਹ ਪਤਾ ਹੋਣੀਆਂ ਚਾਹੀਦੀਆਂ ਸਾਨੂੰ, ਨਹੀਂ ਪਤਾ ਇਹਨਾਂ ਗੱਲਾਂ ਦਾ, ਬੱਚਿਆਂ ਨੂੰ ਵੀ ਨਹੀਂ ਪਤਾ। ਅੱਜ ਕੱਲ੍ਹ ਤਾਂ ਦੌਰ ਹੋਰ ਹੈ, ਮਾਮੇ ਦਾ ਦੌਰ ਹੋਰ ਸੀ, ਕੰਪਿਊਟਰ ਦੌਰ ਹੈ, ਹੁਣ ਕਿਹੜੇ ਸਮੇਂ ਲੱਗਦੇ ਹੁਣ ਤਾਂ ਕੰਪਿਊਟਰ 'ਤੇ ਸਰਚ ਮਾਰੋ ਗੱਲਾਂ ਨਿਕਲ ਆਉਂਦੀਆਂ। ਮੇਰਾ ਜਿਹੜਾ ਨਾ ਚਾਚਾ ਉਹ 150 ਸਾਲ ਦਾ ਹੋ ਕੇ ਦੌਰ ਹੋਇਆ, 150 ਸਾਲ ਦਾ, 150 ਸਾਲ ਦਾ ਮੇਰਾ ਵਾਲੇ ਦੋਸਤ ਤੋਂ ਗਣੀ ਹੁੰਦਾ। ਹਾਂ ਸਾਡੀ ਦੂਸਰੀ ਦੂਸਰੀ ਸ਼ਾਦੀ ਕਸੀ ਕਰੀ, ਉਹ ਮੇਰਾ ਜਿਹੜਾ ਨਾ ਉਹਨੂੰ ਸੋਚਿਆ ਸੀ ਬਾਬਾ 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 ਪੰਜਾਬੀ ਦੇ ਵਿੱਚ, ਹਾਂਜੀ ਉਹਨੂੰ ਪੁੱਛੇ ਦੁਨੀਆ ਉਹਦਾ ਮਾਸ ਵੀ ਜਿਸ ਤਰ੍ਹਾਂ ਕਿਵੇਂ ਦਰਖਤ ਦੇ ਛੱਬੇ ਨਹੀਂ ਹੁੰਦੇ, ਦਰਖਤ ਪੁਰਾਣਾ ਹੋ ਜਾਂਦਾ, ਹਾਂ ਉਸ ਤਰ੍ਹਾਂ ਦੇ ਉਹਦੀ ਜ਼ਬਾਨ ਵੀ ਟੁਕੜੇ ਟੁਕੜੇ ਹੁੰਦੀ ਹੈ, ਛਿਲਵੀ ਹੋਣੀ ਹੈ, ਕਿਵੇਂ ਹੋਰ ਵੀ ਅਜੀਬ ਜੀ ਲੱਗੇ। ਉਹਨੂੰ ਫਿਰ ਪੁੱਛੇ ਦੁਨੀਆ ਵਿੱਚ ਤੁਸੀਂ ਆਪਣੇ ਦੌਰ ਵਿੱਚ ਕੀ ਕਰਦੇ, ਉਹ ਸਾਡੇ ਮੈਂ ਆਪਣੇ ਦੌਰ 'ਚ ਆਪਣਾ ਮੈਂ ਜਿਸਮ ਹੰਡਾਇਆ, ਜਿਸਮ ਸਬਦਨ ਪੰਜਾਬੀ ਵਿੱਚ ਆਪਣਾ ਪਿੰਡਾਂ ਹੰਡਾਇਆ, ਉਹ ਫਿਰ ਹੋਰ ਤੋਂ ਕੀ ਹੰਡਾਇਆ, ਤੁਸੀਂ ਕਿ ਸਾਡੇ ਦੌਰ ਵਿੱਚ ਹੋਰ ਕੁਛ ਨਹੀਂ। ਪਹਿਲੀ ਗੱਲ ਹੈ ਮੈਨੂੰ ਆਪਣੀ ਜ਼ਿੰਦਗੀ ਦਾ ਆਖੇ ਪਤਾ ਹੈ, ਮੈਂ ਬੱਚਿਆਂ ਸੋ ਜਦੋਂ ਮੇਰੇ ਦੰਦ ਹੋਏ ਦੁੱਧ ਵਾਲੇ, ਫਿਰ ਉਹ ਡਿੱਗੇ, ਫਿਰ ਦੁਬਾਰੇ ਦੰਦ ਆਏ ਜਵਾਨੀ ਦੇ, ਫਿਰ ਉਹ ਡਿੱਗੇ, ਫਿਰ ਉਹ ਡਿੱਗਦੇ, ਫਿਰ ਮੈਂ 120 ਸਾਲ ਦਾ ਹੋਇਆ ਜੇ ਮੇਰੇ ਦੰਦ ਦੁਬਾਰੇ ਨਿਕਲੇ ਦੁੱਧ ਵਾਲੇ, ਦੁੱਧ ਵਾਲੇ ਦੁਬਾਰਾ ਫਿਰ ਨਾ ਫਿਰ ਨਿਕਲਿਆ।
ਤੀਸਰੀ ਵਾਰੀ ਦੰਦ ਹੋ ਰਹੀ ਤੀਨ ਦੰਦ ਨਿਕਲੇ ਹਾਂ ਤੀਸਰੀ ਵਾਰੀ ਦੰਦ ਪਹਿਲੇ ਬੱਚਿਆਂ ਵਾਲੇ ਕੀਤੇ ਫਿਰ ਜਵਾਨੀ ਵਾਲੇ ਗਏ ਫਿਰ ਉਹ ਬੁਢੇਪੇ ਵਾਲੇ ਆਏ ਉਹ ਪੰਜ ਸਾਲ ਦੇ ਦੰਦ ਰਹੇ ਉਹ ਜਿਵੇਂ ਜਿਵੇਂ ਦੰਦ ਘਸਣੇ ਸ਼ੁਰੂ ਹੋ ਗਏ ਨਾ ਉਵੇਂ ਵਾਲ ਵੀ ਸਫੈਦ ਹੋਣੇ ਫਿਰ ਸ਼ੁਰੂ ਹੋ ਗਏ ਪਹਿਲੇ ਕਾਲੇ ਆ ਗਏ ਪਹਿਲੇ ਕਾਲੇ ਆ ਗਏ ਫਿਰ ਉਹਦੇ ਸਫੈਦ ਆਉਣੇ ਸ਼ੁਰੂ ਹੋ ਗਏ ਕੋਈ ਕੋਈ ਸਫੈਦ ਵਿੱਚ ਆ ਗਿਆ ਤੁਸੀਂ ਦੇਖਿਆ ਅਸੀਂ ਆ ਜੀ ਅੱਖੀ ਨਾਲ ਵੇਖਦੇ ਅਸੀਂ ਹੈਰਾਨ ਪਰੇਸ਼ਾਨ ਜਿਹੜਾ ਉਹ ਸਾਡਾ ਅਗਲਾ ਉਹ ਚਾਚੇ ਦਾ ਪੁੱਤ ਸੀ ਨਾ ਉਹ 90 ਸਾਲ ਦਾ ਸੀ ਉਹ ਆਉਂਦਾ ਬਰਤਾਨੀਆ ਤੋਂ ਪਹਿਲੇ ਮੈਂ 5-6 ਸਾਲ ਦਾ ਸੀ ਬਰਤਾਨੀਆ ਇੱਥੇ ਹਕੂਮਤ ਕਰਕੇ ਗਈ ਕਿ ਪਾਕਿਸਤਾਨ ਅਤੇ ਹਿੰਦੁਸਤਾਨ ਸੀ ਦੋਨਾਂ 'ਤੇ ਇਹਦੇ ਉਹਨਾਂ 'ਤੇ ਬਰਤਾਨੀਆ ਦੀ ਹਕੂਮਤ ਰਹੀ ਉਹਨਾਂ 95 ਸਾਲ ਹਕੂਮਤ ਕੀਤੀ ਬਰਤਾਨੀਆ ਬਰਤਾਨੀਆ ਨੇ ਪੂਰਾ 100 ਸਾਲ ਨਹੀਂ ਹੋਈ ਫਿਰ ਪਾਕਿਸਤਾਨ ਅਤੇ ਹਿੰਦੁਸਤਾਨ ਉਹ ਬਰਤਾਨੀਆ ਗਿਆ ਉਹਨਾਂ ਨੂੰ ਕੱਢਿਆ ਫਿਰ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਵੰਡ ਹੋਈ ਪਾਕਿਸਤਾਨ ਤੋਂ ਸਾਡੇ ਲਿਆ ਗਿਆ ਕੁਛ ਹਿੰਦੁਸਤਾਨ ਉੱਤੇ ਚਲਾ ਗਿਆ ਉਸ ਤੋਂ ਬਾਅਦ ਅਸੀਂ ਜਵਾਨ ਹੋ ਗਿਆ ਸੀ ਅਤੇ ਸਾਡਾ ਉਹ ਇਹ ਗੱਲਾਂ ਤੁਹਾਨੂੰ ਚਾਚਾ ਦੱਸੋ ਅਸੀਂ ਵੇਖਦੇ ਸੀ ਉਹ ਸਾਨੂੰ ਉਦੋਂ ਲੋਕ ਪੁੱਛਦੇ ਸੀ ਚਾਚੇ ਪੁੱਛਦੇ ਆ ਕੇ ਲੋਕ ਹਾਂ ਲੋਕ ਪੁੱਛਦੇ ਆ ਵੀ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕੀ ਵੇਖਿਆ ਕੀ ਹਟਾਇਆ ਅਤੇ ਉਹਨੂੰ ਫਿਰ ਲੋਕ ਪੁੱਛੇ ਤੇਰਾ ਦਿਲ ਕਰਦਾ ਮਰਨ ਨੂੰ ਉਹ ਆ ਕੇ ਹਾਲੇ ਮੈਨੂੰ ਡਰ ਲੱਗਦਾ 150 ਸਾਲ ਦਾ ਹੋ ਕੇ ਵੀ ਆਉਂਦਾ ਮੈਨੂੰ ਡਰ ਲੱਗਦਾ ਹਾਂ 150 ਸਾਲ ਦਾ ਹੋ ਕੇ ਉਹ ਆ ਕੇ ਮੈਨੂੰ ਹਾਲੇ ਡਰ ਲੱਗਦਾ ਮੌਤ ਤੋਂ ਵੀ ਉਹ ਤੁਹਾਡਾ ਕਿਹੜਾ ਗੁਨਾਹ ਕਰਨਾ ਗੁਨਾਹ ਨਹੀਂ ਕਰਦੇ ਹਨ ਬੰਦੇ ਨੂੰ ਡਰਦੇ ਵੀ ਬਹੁਤ ਸ਼ੁਕਰੀਆ ਮਾਮਾ ਜੀ ਤੁਸੀਂ ਸਾਡੇ ਨਾਲ ਬੜੀਆਂ ਪਿਆਰੀਆਂ ਗੱਲਾਂ ਮੈਂ ਉਹ ਚਾਚੇ ਦੀ ਗੱਲਾਂ ਵੇਖ ਵੇਖ ਕਰ ਮੈਂ ਉਵੇਂ ਨਜ਼ਰ ਆਉਂਦਾ ਸਾਰਾ ਕੁਝ ਇਸ ਵਕਤ ਭਾਵੇਂ ਨਹੀਂ ਕਿ ਮੇਰੀ ਉਹ ਗਲਤੀ ਵੀ ਹੋਈ ਹੈ ਬਾਕੀ ਉਵੇਂ ਮੈਨੂੰ ਨਹੀਂ ਕਿ ਆਉਂਦਾ ਚਾਚਾ ਸਾਡਾ ਇਸ ਬੜੀਆਂ ਪਿਆਰੀਆਂ ਮਾਮਾ ਗੱਲਾਂ ਤੁਸੀਂ ਅੱਜ ਕੀਤੀਆਂ ਅਤੇ ਬੜਾ ਦਿਲ ਨੂੰ ਸਕੂਨ ਆਇਆ ਅਤੇ ਸਾਰੇ ਭੈਣਾਂ ਭਾਈਆਂ ਨਾਲ ਅਸੀਂ ਸ਼ੇਅਰ ਵੀ ਕੀਤਾ ਜੀ ਕਿ ਇਸ ਸ਼ਖਸ ਦੀ ਜਿਹੜੀਆਂ ਗੱਲਾਂ ਹਨ ਨਾ ਕਿ ਸਾਡਾ ਸਾਡੇ ਵਿੱਚ ਵੱਡਾ ਬਜ਼ੁਰਗ ਇੱਕ ਹੀ ਰਹਿ ਗਿਆ ਹੋਰ ਬਾਕੀ ਸਾਰੇ ਹੋਰ ਕੋਈ ਵੀ ਕੋਈ ਇਹਦਾ ਸਾਥੀ ਨਹੀਂ ਨਾ ਮੇਰਾ ਬਾਲੇ ਨਾ ਦੋਸਤ ਜਿਸ ਦਿੱਤੇ ਦੋਸਤ ਨਿਆਣੇ ਇੱਕ ਦੂਸਰੇ ਜਿੱਤੇ ਉਹ ਸਾਰੇ ਖਤਮ ਹੋ ਗਏ ਸਾਰੇ ਫੌਤ ਹੋ ਗਏ ਇੱਕ ਪੂਰੀ ਸਾਡੀ ਨਸਲ ਦੇ ਵਿੱਚ ਇੱਕ ਸ਼ਖਸ ਹੀ ਰਹਿ ਗਿਆ ਹੈ ਵੱਡਾ ਅੱਜ ਵੀ ਰੁਕਦਾ ਅੱਜ ਵੀ ਰੋ ਕਰਦਾ ਗੱਲ ਸੁਣ ਕੇ ਕੀ ਜਾਏ ਨਾ ਮੇਰੇ ਵਾਲੇ ਸਾਹਿਬ ਦਾ ਦੋਸਤ ਆ ਪਰੇਸ਼ਾਨੀ ਦੇ ਵਿੱਚ ਨਾ ਉਹ ਦਿਲ ਬਾਹਰ ਆਉਂਦਾ ਕਿ ਉਹ ਜਿਹਨੂੰ ਮਿਲਣਾ ਹਾਂ ਉਹ ਜਿਹਨੇ ਮਿਲਿਆ ਉਹਨਾਂ ਦਾ ਆਉਣਾ ਕੋਈ ਤਾਂ ਸੱਚ ਕੋਈ ਨਾ ਅੱਖੀ ਅਮਿਤਾ ਹੈ ਖਾਲੀ ਖਾਲੀ ਘਰ ਲੱਗਦਾ ਉਹਦੇ ਨਾਲ ਸਾਡੀਆਂ ਮੁਹੱਬਤਾਂ ਸਾਡੇ ਪਿਆਰ ਹੁੰਦੇ ਹਨ ਅਸੀਂ ਕੋਈ ਇੱਕ ਦਿਨ ਉਹਦੀ ਚੰਗੀਆਂ ਕਰਦੇ ਹਾਂ ਮਾੜੀ ਨਹੀਂ ਕਰਦੇ ਬੁਰਾ ਨਹੀਂ ਕਰਨਾ ਸੋਚਣਾ ਕਿਸੇ ਦਾ ਨਹੀਂ ਬੁਰਾ ਨਾ ਹੀ ਅੱਲਾ ਨੇ ਕੁਛ ਸੁਚਾਇਆ ਅੱਜ ਵੀ ਉਹ ਦੁੱਖ ਲੱਗਦੇ ਨਾ ਆਪਦੇ ਬੱਚਿਆਂ ਨੂੰ ਵੇਖਣਾ ਮੇਰਾ ਦਿਲ ਐਵੇਂ ਮਨ ਫਰੀ ਜਾਂਦਾ ਦਿਲ ਦੁੱਖ ਆ ਜਾਂਦਾ ਮੈਂ ਕਬਰ 'ਤੇ ਜਾਂਦਾ ਰੋ ਕੇ ਦੁਆ ਮੰਗੀ ਹੈ ਮੈਨੂੰ 3 ਸਾਲ ਹੋ ਗਏ ਨਹੀਂ ਮੈਨੂੰ ਮਿਲਦਾ ਜੀ ਅਤੇ ਮੈਨੂੰ ਰਾਤੀ ਉਸ ਰਾਤ ਮਿਲ ਪਿਆ ਫਿਰ ਦਿਲ ਦੀ ਹੁਬ ਨਾਲ ਮੈਂ ਰੋਇਆ ਮੈਂ ਦੁਆ ਮੰਗੀ ਹੈ ਮਾਮਾ ਚਲਾ ਗਿਆ ਹੈਗਾ ਹੈ ਅਤੇ ਔਰ ਮੈਂ ਨਾ ਘਰ ਦਾ ਕੰਮ ਕੁੰਮ ਕੀਤਾ ਹੈਗਾ ਸਫਾਈ ਵਗੈਰਾ ਕਰਕੇ ਉੱਪਰ ਆਈ ਹੋਈ ਹਾਂ ਕੁਛ ਮੌਸਮ ਬਦਲ ਜਿਹਾ ਤਾਂ ਹੈਗਾ ਹਵਾ ਵੀ ਥੋੜ੍ਹੀ ਬਹੁਤ ਚੱਲਦੀ ਪਈ ਹੈਗੀ ਹੈ ਅਤੇ ਆਹ ਕੋਈ ਕੱਪੜੇ ਦੋ ਦੇ ਉੱਤੇ ਸੁਕਣੇ ਪਾਏ ਹੈਗੇ ਸੀ ਬੱਚੀਆਂ ਦੇ ਅਤੇ ਮੈਂ ਕਿਹਾ ਉਹ ਵੀ ਲਾ ਲਿਆਉਂਦੀ ਹੈਗੀਆਂ ਅਤੇ ਇਸ ਵਾਸਤੇ ਉੱਪਰ ਆਈ ਹੈਗੀ ਸੀ ਅਤੇ ਅੱਲਾ ਪਾਕ ਖੈਰ ਕਰਦਾ ਹੈਗਾ ਜੀ ਅੱਲਾ ਕਰਾ ਜੀ ਸਾਰੇ ਦੁਆ ਮੰਗੋ ਜੀ ਬਾਰਿਸ਼ ਆ ਜਾਵੇ ਕਿਉਂਕਿ ਬਹੁਤ ਹੀ ਜ਼ਿਆਦਾ ਗਰਮੀ ਹੈਗੀ ਹੈ ਸਹੀ ਗੱਲ ਗਰਮੀ ਬਰਦਾਸ਼ਤ ਨਹੀਂ ਹੁੰਦੀ ਪਈ ਇੰਨੀ ਜ਼ਿਆਦਾ ਗਰਮੀ ਹੈਗੀ ਹੈ
ਤੇ ਇਸ ਟਾਈਮ ਥੋੜ੍ਹੀ ਹਵਾ ਵੀ ਉੱਤੇ ਹੁੰਦੀ ਹੈ, ਇਸ ਟਾਈਮ ਉੱਤੇ ਆ ਜਾਈਦਾ ਹੈਗਾ, ਥੱਲੇ ਸੇਕ ਹੋ ਜਾਂਦਾ ਹੈਗਾ ਕਾਫੀ, ਅਤੇ ਇਸ ਵਾਸਤੇ ਮੈਂ ਥੋੜ੍ਹੀ ਬਹੁਤ ਹਵਾ ਉੱਤੇ ਲੱਗਦੀ ਪਈ ਉੱਪਰ ਆ ਗਏ ਅਤੇ ਔਰ ਕਹਿੰਦਾ ਬਾਈ ਕੋਈ ਇਜਾਜ਼ਤ ਚਾਹੁੰਦੇ ਹੈਗੇ ਹਾਂ ਅਤੇ ਇਨਸ਼ਾਅੱਲਾ ਸੁਬਾਹ ਮਿਲਾਂਗੇ ਕੱਛੇ ਵੀ ਲਾਗ ਦੇ ਨਾਲ ਅਤੇ ਅੱਲਾ ਪਾਕ ਖੁਸ਼ ਰੱਖੇ ਸਾਡੇ ਸਭ ਭੈਣਾਂ ਭਾਈਆਂ ਨੂੰ, ਆਬਾਦ ਰੱਖੇ ਜੀ, ਸਭ ਦੀਆਂ ਪਰੇਸ਼ਾਨੀਆਂ ਦੂਰ ਕਰੇ ਜੀ, ਔਰ ਅੱਲਾ ਪਾਕ ਜਿਹਨਾਂ ਕੋਈ ਕਾਰੋਬਾਰ ਨਹੀਂ ਹੈਗੇ ਅੱਲਾ ਪਾਕ ਜੀ ਉਹਨਾਂ ਨੂੰ ਕਾਰੋਬਾਰ ਦੇਵੇ, ਔਰ ਇਨਸ਼ਾਅੱਲਾ ਅਸੀਂ ਵੀ ਕੋਸ਼ਿਸ਼ ਕਰਦੇ ਪਏ ਗਏ ਜਲਦ ਤੋਂ ਜਲਦ ਅਸੀਂ ਵੀ ਆਪਣਾ ਕੰਮ ਕਾਰੋਬਾਰ ਸ਼ੁਰੂ ਕਰਾਂਗੇ ਕੋਈ, ਅੱਲਾ ਪਾਕ ਜੀ ਬਰਕਤਾਂ ਪਾਵੇ ਜੀ ਸਭ ਦੇ ਕਾਰੋਬਾਰ 'ਚ, ਔਰ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕੀਤਾ ਕਰੋ, ਵੀਡੀਓ ਸਾਡੀ ਐਂਡ ਤੱਕ ਵੇਖੀ ਕਰੋ ਜੀ। ਅੱਜ ਜਿਹੜੇ ਸ਼ਖਸ ਨੇ ਤੁਹਾਡੀ ਮੁਲਾਕਾਤ ਕਰਵਾਈ ਹੈ ਨਾ, ਉਹ ਕਾਫੀ ਉਮਰ ਦਾ ਹੈਗਾ, ਕਾਫੀ ਪੁਰਾਣਾ ਹੈਗਾ, ਕਿਉਂਕਿ ਉਹਨੂੰ ਸਾਰੀਆਂ ਗੱਲਾਂ ਦਾ ਪਤਾ ਹੈਗਾ, ਸਾਨੂੰ ਤਾਂ ਇੰਨਾ ਜ਼ਿਆਦਾ ਨਹੀਂ ਪਤਾ ਹੈਗਾ, ਲੇਕਿਨ ਉਹਨੂੰ ਨਾ ਕਾਫੀ ਪਤਾ ਹੈਗਾ। ਇਸ ਵਾਸਤੇ ਉਹਨੇ ਕਿਹਾ ਵੀ ਚਲੋ ਮੈਂ ਨਾਲ ਕੋਈ ਗੱਲਬਾਤ ਕਰਾਂਗਾ ਜੀ, ਵਿੱਚ ਤੁਹਾਡੀ ਵੀਡੀਓ 'ਚ ਆਉਣਾ ਚਾਹੁੰਦਾ ਤਾਂ ਮੈਂ ਕੋਈ ਗੱਲਬਾਤ ਸੁਣਾਉਣੀ ਹੈਗੀ ਹੈ। ਚਲੋ ਜੀ, ਮੈਂ ਕਿਹਾ ਆਪਣੀ ਖੁਸ਼ੀ ਨਾਲ ਤੁਸੀਂ ਅਚਾਨਕ ਹੀ ਸੁਭਾਅ ਆਏ ਹੈਗੇ, ਫਿਰ ਜਦੋਂ ਉਹਨੂੰ ਪਤਾ ਲੱਗਾ ਵੀਡੀਓ ਦਾ, ਫਿਰ ਉਹਨੇ ਕਿਹਾ ਵੀ ਚਲੋ ਮੈਂ ਕੋਈ ਗੱਲਬਾਤ ਕਰ ਲਵਾਂਗਾ ਵੀਡੀਓ 'ਚ, ਅਤੇ ਬਹੁਤ ਅੱਛੇ ਹੈਗੇ ਨੇ ਉਹ ਵੀ, ਅੱਲਾ ਪਾਕ ਜੀ ਉਹਨਾਂ ਦੀ ਵੀ ਜ਼ਿੰਦਗੀ ਕਰੇ ਜੀ, ਔਰ ਅੱਲਾ ਪਾਕ ਸਭ ਦੀ ਜ਼ਿੰਦਗੀ ਕਰੇ, ਸਭ ਨੂੰ ਖੁਸ਼ ਰੱਖੇ ਜੀ। ਅਤੇ ਮੈਂ ਜਿਹੜੀ ਹੈਗੀ ਨਾ, ਮੈਂ ਉੱਤੇ ਜਦੋਂ ਆਉਂਦੀ ਨਾ ਮੈਂ ਤਾਂ ਜਾਂਦੀ ਹਾਂ ਥੱਕ, ਅਤੇ ਮੈਨੂੰ ਚੜ ਜਾਂਦਾ ਸਾਹ, ਕਿਉਂਕਿ ਉੱਤੇ ਮੈਨੂੰ ਬੜਾ ਮੁਸ਼ਕਲ ਦਿਸਦਾ ਹੈਗਾ ਆਉਣਾ, ਅਤੇ ਇਸ ਵਾਸਤੇ ਜੀ, ਅਤੇ ਸਾਨੂੰ ਨਾ ਭਾਈ ਨਾ ਭਾਈਓ ਕਮੈਂਟ ਕਰਕੇ ਦੱਸਿਆ ਕਰੋ ਜੀ, ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਪੂਰਾ ਕੀਤਾ ਕਰੋ, ਔਰ ਵੀਡੀਓ ਸਾਡੀ ਐਂਡ ਤੱਕ ਵੇਖੀ ਕਰੋ, ਔਰ ਨਾ ਕਾਫੀ ਸਾਡੀ ਵੀਡੀਓ ਘੱਟ ਗਈ ਹੈਗੀ ਹੈ, ਅਤੇ ਉਹ ਮੈਂ ਪਰੇਸ਼ਾਨ ਹੋ ਗਈ ਉਸ ਵਜ੍ਹਾ ਤੋਂ ਕਿ ਕਿਉਂ ਵੀਡੀਓ ਇੰਨੀ ਜ਼ਿਆਦਾ ਘੱਟ ਗਈ ਹੈਗੀ ਹੈ। ਇਸ ਵਾਸਤੇ ਤਾਂ ਇਨਸ਼ਾਅੱਲਾ ਤਾਲਾ ਅੱਛੇ ਤੋਂ ਅੱਛਾ ਵਲੌਗ ਬਣਾਵਾਂਗੇ, ਜਾਂ ਕਾਰੋਬਾਰ ਸਾਡਾ ਸ਼ੁਰੂ ਹੁੰਦਾ ਨਾ ਨਾਲ ਫਿਰ ਵਲੌਗ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ, ਫਿਰ ਇਹ ਆ ਨਾ ਵੀ ਬਾਹਰ ਬੰਦਾ ਰੋਜ਼ ਦਿਹਾੜੀ ਕਿੱਥੇ ਜਾਵੇ, ਘਰ ਤਾਂ ਕੰਮ ਅਤੇ ਉਹ ਹੀ ਵਿਖਾਣੇ ਹੁੰਦੇ ਹਨ ਫਿਰ। ਇਸ ਵਾਸਤੇ ਅਤੇ ਇਨਸ਼ਾਅੱਲਾ ਤਾਲਾ ਆਪਣਾ ਕਾਰੋਬਾਰ ਸ਼ੁਰੂ ਕਰਨਾ ਹੈਗਾ, ਕੰਮ ਕੁੰਮ ਉਹ ਵੀ ਵਿਖਾ ਲਿਆ ਕਰਾਂਗੇ, ਅਤੇ ਇਨਸ਼ਾਅੱਲਾ ਅੱਛੇ ਤੋਂ ਅੱਛਾ ਵਲੌਗ ਸਭ ਇਹਨਾਂ ਭਾਈਆਂ ਨੂੰ ਬਣਾ ਕੇ ਵਿਖਾਵਾਂਗੇ, ਅਤੇ ਇਨਸ਼ਾਅੱਲਾ ਤਾਲਾ ਸੁਬਾਹ ਮਿਲਾਂਗੇ ਇੱਕ ਅੱਛੇ ਵਲੌਗ ਨਾਲ ਜੀ। ਅੱਲਾ ਹਾਫਿਜ਼।